ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਪੰਜਾਬੀ ਵਿਰਸੇ ਜ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੇਬ ਕੱਢਣੀ ਕੋਟੀ ਨੂੰ ਜੇਬ ਕਿੱਦਾਂ ਕੱਢ ਹੁੰਦੀ ਆ ਇਹ ਮੈਂ ਬੁਣ ਕੇ ਇੱਥੇ ਤੱਕ ਕਰ ਲਿਆ ਏ ਇਸ ਤੋਂ ਬਾਅਦ ਹੁਣ ਅੱਗੇ ਆਪਾਂ ਨੇ ਜੇਬ ਕੱਢਣੀ ਆ ਜੇਬ ਆਪਾਂ ਨੇ ਐਨੀ ਹੀ ਬਣਾਉਣੀ ਐ ਜੇ ਮੈਂ ਤੁਹਾਨੂੰ ਦੱਸਦੀ ਆ ਜੇਬ ਆਪਾਂ ਕਿੱਦਾਂ ਬੁਣ ਕੇ ਕੱਢਦੇ ਆ ਜਿਵੇਂ ਕਿ ਆਪਾਂ ਨੇ ਪਹਿਲਾਂ ਵਾਲਾ ਕੁੰਡਾ ਤਾਰ ਲਿਆ ਤੇ ਤਾਗਾ ਆਪਣੀ ਸਾਈਡ ਕਰਕੇ ਆ ਮੂਰੇ ਮੈਂ ਪੁੱਠੇ-ਪੁੱਠੇ ਦਾ ਬਾਰਡਰ ਕਰਕੇ ਲਿਜਾ ਰਹੀਆਂ ਸਿਰੇ ਤੱਕ ਇਹ ਆਪਾਂ ਨੇ 10 ਗੁੰਡੇ ਪਾ ਲਿਆ ਪਹਿਲਾਂ ਪੁੱਠੇ-ਪੁੱਠੇ ਦੇ ਉਸ ਤੋਂ ਇਲਾਵਾ ਆਪਾਂ ਨੇ ਬੁਣਤੀ ਸ਼ੁਰੂ ਕੀਤੀ ਹੋਈ ਹੈ ਇਹ ਪੁੱਠੇ-ਪੁੱਠੇ ਦੇ 10 ਗੁੰਡੇ ਪਾ ਕੇ ਆਪਾਂ ਨੇ ਅੱਗੇ ਜਿਸ ਹਿਸਾਬ ਚ ਬੁਣਤੀ ਚੱਲ ਰਹੀ ਆਪਾਂ ਨੇ ਉਸ ਹਿਸਾਬ ਚ ਆਪਣੀ ਬੁਣਤੀ ਚਲਾਉਣੀ ਆ ਤਾਂ ਕਿ ਪਿਛਲੀ ਸਾਈਡ ਕਰਕੇ ਇਹ ਮੇਰੀ ਪੁਣਤੀ ਹੈ ਜਿਹੜੀ ਇਦਾਂ ਚੱਲਦੀ ਹੈ ਪੁਣਤੀ ਵੀ ਆਪਾਂ ਇਹ ਡਿਜ਼ਾਈਨ ਆ ਜਿਹੜਾ ਇਹ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਤੇ ਹੁਣ ਤਾਂ ਸਿਰਫ ਆਪਾਂ ਨੇ ਤੁਹਾਨੂੰ ਜੇਬ ਕੱਢਣ ਦਾ ਹੀ ਤਰੀਕਾ ਦੱਸਣਾ ਹੈ ਇੱਥੇ ਤੱਕ ਸਿੱਧਾ-ਸਿੱਧਾ ਉਸੇ ਹਿਸਾਬ ਵਿੱਚ ਬੁਣ ਕੇ ਜਿੱਦਾਂ ਪੁਣਤੀ ਚੱਲਦੀ ਆ ਅੱਗੇ ਆਪਾਂ ਨੇ ਆਹ ਵਾਲੀ ਪਹਿਲਾ ਡਿਜ਼ਾਈਨ ਆ ਜਿਹੜਾ ਪਹਿਲਾਂ ਵਾਲੀ ਲਾਈਨਾਂ ਡਿਜ਼ਾਈਨ ਦੀ ਇਹ ਆਪਾਂ ਨੇ ਸਿਰੇ ਲਾ ਲਈ ਐ ਇਸ ਤੋਂ ਬਾਅਦ ਆਪਾਂ ਹੁਣ ਜੇਬ ਕੱਢਣੀ ਸ਼ੁਰੂ ਕਰਾਂਗੇ ਜਿਵੇਂ ਕਿ ਇੱਥੇ ਤੋਂ ਜੇਬ ਕੱਢਾਂਗੇ ਆਪਾਂ ਇਹ ਇੰਨੀ ਜਗ੍ਹਾ ਚ ਆਪਾਂ ਨੇ ਜੇਬ ਕਵਰ ਕਰਨੀ ਆ ਮੈਂ ਬਹੁਤੀ ਖੁੱਲੀ ਨਹੀਂ ਜੇਬ ਰੱਖਣੀ ਇੱਕ ਇਸ ਖਾਨੇ ਚ ਇਸ ਖਾਨੇ ਚ ਤੇ ਇਸ ਖਾਨੇ ਚ ਆਪਣੀ ਜੇਬ ਆਉਗੀ ਇਸ ਲਈ ਜਿਹੜਾ ਇਹ ਡਿਜ਼ਾਈਨ ਆ ਇਹ ਉਦਾਂ ਹੀ ਰਹੂਗਾ ਤੇ ਆਪਾਂ ਇੱਥੇ ਹੁਣ ਜਿਹੜੇ ਇਹ ਵਾਲੇ ਕੁੰਡੇ ਨੇ ਇਹਨਾਂ ਨੂੰ ਆਪਾਂ ਨੇ ਪੁੱਠੇ-ਪੁੱਠੇ ਹੀ ਪਾਉਣਾ ਹੈ ਕਾਰੇ ਨੂੰ ਡਿਜ਼ਾਈਨ ਚ ਨਹੀਂ ਬੁਣਨਾ ਆਪਾਂ ਨੇ ਇਹਨੂੰ ਆਪਾਂ ਨੇ ਪੁੱਠੇ ਬੁਣਨਾ ਹੈ ਪੁੱਠੇ ਬੁਣ ਕੇ ਸਿਰੇ ਤੱਕ ਲੈ ਕੇ ਜਾਣਾ ਮੈਂ ਤੁਹਾਨੂੰ ਸਾਰਾ ਦਿਖਾਉਣੀ ਆ ਇਹ ਆਪਣੀ 17 ਕੁੰਡਿਆਂ ਦੀ ਹੋ ਗਈ ਜੀ 17 ਕੁੰਡਿਆਂ ਦੀ ਆਪਣੀ ਜੇਬ ਹੋ ਗਈ ਜੇ ਤੁਹਾਨੂੰ ਛੋਟੀ ਲੱਗਦੀ ਆ ਤੁਸੀਂ ਵੱਡੀ ਵੀ ਕਰ ਸਕਦੇ ਆ ਇਸ ਤੋਂ ਅੱਗੇ ਵੀ ਲਿਜਾ ਸਕਦੇ ਆ ਤੁਸੀਂ ਪਰ ਦੇਖਦੇ ਆਪਾਂ ਵੀ ਇਹ 17 ਦੀ ਛੋਟੀ ਲੱਗਦੀ ਆ ਆਪਾਂ ਥੋੜੀ ਜਿਹਾ ਨੂੰ ਹੋਰ ਕਰ ਲਈਏ ਆਪਾਂ ਇਹ ਪਾਈ ਕੁੰਡਿਆਂ ਦੀ ਕਰ ਲੈਣੀ ਆ 17 ਤੇ 18 19 20 ਇਕੀ ਤੇ 22 ਇਹ ਆਪਣੀ ਜੇਬ ਹੋ ਗਈ ਜੀ 22 ਕੁੰਡਿਆਂ ਦੀ ਇਸ ਤੋਂ ਇਲਾਵਾ ਜਿੱਦਾਂ ਡਿਜ਼ਾਈਨ ਚੱਲ ਰਿਹਾ ਆਪਾਂ ਨੇ ਉਹ ਡਿਜ਼ਾਈਨ ਉਦਾਂ ਹੀ ਚਲਾਉਣਾ ਏ ਹੁਣ ਤਾਂ ਅਗਾ ਪਿਛਲੀ ਸਾਈਡ ਕਰਕੇ ਆਪਾਂ ਨੇ ਜਿਹੜਾ ਇਹ ਮੈਂ ਡਿਜ਼ਾਈਨ ਪਾ ਰਹੀ ਆ ਆਪਾਂ ਨੇ ਉਸੇ ਤਰ੍ਹਾਂ ਡਿਜ਼ਾਈਨ ਪਾਉਣਾ ਸ਼ੁਰੂ ਕਰ ਦੇਣਾ ਜੀ ਲਓ ਜੀ ਆਪਾਂ ਨੇ ਪੁੱਠੀ ਸਲਾਈ ਸਾਰੀ ਪੁੱਠੀ-ਪੁੱਠੀ ਪਾ ਲਈਆ ਤੇ ਹੁਣ ਆਪਾਂ ਫਿਰ ਸਿੱਧੀ ਸਾਈਡ ਤੇ ਆ ਗਏ ਆ ਇਹ ਵਾਲਾ ਡਿਜ਼ਾਈਨ ਆਪਾਂ ਨੇ ਉਦਾਂ ਹੀ ਬੁਣ ਲਿਆ ਜਿੱਦਾਂ ਕਿ ਬੁਣਨਾ ਤਾਂ ਹੁਣ ਜਿਹੜੇ ਇਹ ਕੁੰਡੇ ਨੇ ਇਹ ਆਪਾਂ ਨੇ ਫਿਰ ਉਸੇ ਤਰ੍ਹਾਂ ਉੱਪਰ ਤੇ ਪੁੱਠੇ ਬੁਣਨੇ ਸ਼ੁਰੂ ਕੀਤੇ ਕਰਤੇ ਇਹ ਆਪਣੀਆਂ ਦੋ ਜਾਂ ਤਿੰਨ ਸਲਾਈਆਂ ਜਿੰਨੀਆਂ ਵੀ ਤੁਸੀਂ ਚਾਹੋ ਉਨੀਆਂ ਤੁਸੀਂ ਬਣਾ ਸਕਦੇ ਆ ਉੱਪਰ ਤੇ ਕਿਉਂ ਫਿਰ ਆਪਾਂ ਨੇ ਇਹ ਬਣਾ ਕੇ ਉੱਪਰ ਤੋਂ ਬੰਦ ਕਰਕੇ ਪਿਛਲੀ ਸਾਈਡ ਤੋਂ ਕੁੰਡੇ ਚੱਕ ਕੇ ਆਪਾਂ ਨੇ ਤਾ ਜੇ ਉਹ ਕੰਪਲੀਟ ਹੋਣੀ ਆ ਜੀ ਤੇ ਕਈ ਭੈਣਾ ਕਹਿੰਦੀਆਂ ਵੀ ਇਹਨਾਂ ਨੂੰ ਜਿੱਦਾਂ ਕਿ ਬਟਨ ਲੱਖਣ ਲਈ ਵੀ ਚਾਹੀਦਾ ਏ ਬਟਨ ਲੱਗਣ ਲਈ ਵੀ ਉਹ ਆਪਾਂ ਫੇਰ ਦੋ ਕੁੰਡੇ ਪਾ ਕੇ ਦੋ ਸਲਾਈਆਂ ਪਾ ਕੇ ਨਾ ਤੀਜੀ ਸਲਾਈ ਦੇ ਵਿੱਚ ਆਪਾਂ ਜਾਲੀ ਪਾ ਸਕਦੇ ਆ ਜਿੱਦਾਂ ਕਿ ਆਪਾਂ ਮੋਰੀ ਕਰ ਸਕਦੇ ਆ ਬਟਨ ਲੱਗਣ ਵਾਸਤੇ 22 ਕੁੰਡਿਆਂ ਦਾ ਆਪਾਂ ਨੇ ਜੇਬ ਰੱਖੀ ਆ ਜੀ 22 ਕੁੰਡਿਆਂ ਦੀ ਸੋਹਣੀ ਵਧੀਆ ਖੁੱਲੀ ਹੋ ਜੂਗੀ ਇੱਥੇ ਤੱਕ ਆ ਦੇਖੋ ਇਹ ਜਿਹੜੀ ਇਹ ਦੋ ਲਾਈਨਾਂ ਬਣ ਗਈਆਂ ਮੈਂ ਇੱਥੇ ਦੋ ਲਾਈਨਾਂ ਹੋਰ ਬਣਾ ਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਆਪਾਂ ਨੇ ਕਿੱਦਾਂ ਇਹਨੂੰ ਬੰਦ ਕਰਕੇ ਅੱਗੇ ਜੇਬ ਕਿਵੇਂ ਕੱਢਣੀ ਆ ਆ ਮੇਰਾ ਜਿਹੜਾ ਡਿਜ਼ਾਈਨ ਆ ਇਹ ਜਿੱਦਾਂ ਮੈਂ ਪਾ ਰਹੀ ਆ ਉਦਾਂ ਹੀ ਚੱਲਣਾ ਤੇ ਇਹ ਇੱਥੇ ਆਪਾਂ ਨੇ ਡਿਜ਼ਾਈਨ ਪੈਣਾ ਪਰ ਬੰਦ ਕਰਤਾ ਏ ਆ ਡਿਜ਼ਾਈਨ ਪਾ ਕੇ ਉੱਤੇ ਆਪਾਂ ਨੇ ਇਹ ਸਲਾਈਆਂ ਸਿੱਧੀਆਂ ਪਾਤੀਆਂ ਏ ਮੈਂ ਤੁਹਾਨੂੰ ਦਿਖਾਉਣੀ ਆ ਹਾਂਜੀ ਇਹ ਆਪਾਂ ਨੇ ਤਿੰਨ ਲਾਈਨਾਂ ਬਣਾ ਕੇ ਇਹ ਤਿਆਰ ਕਰਾ ਲੀਆ ਕਰ ਲੀਆਂ ਏ ਤੇ ਹੁਣ ਆਪਾਂ ਨੇ ਚੌਥੀ ਜਿਹੜੀ ਲਾਈਨ ਪਾਉਣੀ ਆ ਉਹਦੇ ਵਿੱਚ ਆਪਾਂ ਨੇ ਇਹ ਕੁੰਡੇ ਜਿਹੜੇ ਬਣਾਏ ਤੇ ਇਹ ਆਪਾਂ ਨੇ ਬੰਦ ਕਰ ਦੇਣੇ ਆ ਇਹ ਦੇਖੋ ਜੀ ਜਿਵੇਂ ਆਪਾਂ ਨੇ ਦੋ ਤੋਂ ਇੱਕ ਬਣਾ ਦੇਣਾ ਆ ਤਾਂ ਆਪਣਾ ਉਦਾਂ ਹੀ ਚੱਲ ਰਿਹਾ ਹੈ ਜਿਵੇਂ ਮੂਰੇ ਇਹ ਪੱਟੀ ਚੱਲ ਰਹੀ ਆ ਤੇ ਇੱਕ ਡਿਜ਼ਾਈਨ ਦੀ ਲਾਈਨ ਚੱਲ ਰਹੀ ਆ ਉਸ ਤੋਂ ਅੱਗੇ ਇਹ ਆਪਣੇ ਦੋ ਕੁੰਡਿਆਂ ਤੋਂ ਆਪਾਂ ਨੇ ਇੱਕ ਕੁੰਡਾ ਬਣਾ ਲਿਆ ਇਹ ਆਪਾਂ ਨੇ ਬਾਈ ਕੁੰਡੇ ਇਸੇ ਤਰ੍ਹਾਂ ਬੰਦ ਕਰ ਦੇਣੇ ਆ ਜੀ ਦੋ ਕੁੰਡਿਆਂ ਤੋਂ ਫਿਰ ਇੱਕ ਬਣਾ ਲਿਆ ਇਹਨੂੰ ਇੱਧਰ ਚੜਾ ਕੇ ਫਿਰ ਆਪਾਂ ਨੇ ਦੋ ਕੁੰਡਿਆਂ ਤੋਂ ਫਿਰ ਇੱਕ ਬਣਾ ਲਿਆ ਜੀ ਇਸੇ ਤਰ੍ਹਾਂ ਕਰ-ਕਰ ਕੇ ਇਹ ਆਪਾਂ ਨੇ ਬੰਦ ਕਰਕੇ ਫਿਰ ਆਪਾਂ ਹੇਠਲੀ ਸਾਈਡ ਤੋਂ ਕੁੰਡੇ ਚੱਕ ਕੇ ਬੈਕ ਸਾਈਡ ਤੋਂ ਫਿਰ ਸਿੱਧਾ ਬੁਣ ਕੇ ਫਿਰ ਆਪਾਂ ਜੇਬ ਤਿਆਰ ਕਰਾਂਗੇ ਬੱਖਾਂ ਆਪਾਂ ਸਲਾਈ ਨਾਲ ਸਲਾਈ ਕਰ ਦਾਂਗੇ ਤੇ ਕੁੰਡੇ ਚੱਕ ਕੇ ਪਿਛਲਾ ਹਿੱਸਾ ਆਪਾਂ ਨੇ ਬੁਣ ਕੇ ਤਿਆਰ ਕਰ ਲੈਣਾ ਜੀ ਜੇਬ ਕੱਢਣ ਦਾ ਬਹੁਤ ਵਧੀਆ ਤੇ ਸੌਖਾ ਤਰੀਕਾ ਹੈ ਇਹ ਨਾ ਇਹਨੂੰ ਬਹੁਤਾ ਟਾਈਮ ਲੱਗਦਾ ਹੈ ਤੇ ਨਾ ਕੋਈ ਦਿੱਕਤ ਆਉਂਦੀ ਐ ਬਹੁਤ ਵਧੀਆ ਤਰੀਕਾ ਐ ਮੈਂ ਆਪਣੀਆਂ ਕੋਟੀਆਂ ਦੀਆਂ ਸਾਰੀਆਂ ਜੇਬਾਂ ਇਸੇ ਤਰ੍ਹਾਂ ਹੀ ਬਣਾਉਂਦੀ ਹੁੰਨੀ ਆ ਇਹ ਲੋ ਜੀ ਇੱਕ ਇੱਕ ਕਰਕੇ ਆਪਣੇ ਸਾਰੇ ਕੁੰਡੇ ਇਹ ਧਿਆਨ ਸਿਰ ਰੱਖਿਓ ਬਾਈ ਕੁੰਡਿਆਂ ਦੀ ਆਪਾਂ ਨੇ ਇਧਰਲੀ ਸਾਈਡ ਜੇਬ ਬਣਾਈ ਐ ਤੇ ਆਪਾਂ ਨੇ ਜਦੋਂ ਦੂਜੀ ਸਾਈਡ ਜੇਬ ਬਣਾਉਣੀ ਆ ਉਹ ਵੀ ਆਪਾਂ ਬਾਈ ਕੁੰਡਿਆਂ ਦੀ ਹੀ ਬਣਾਵਾਂਗੇ ਜਾਂ ਫਿਰ ਕਿਸੇ ਨੇ ਕੋਈ ਘੱਟ ਕਰਨੀ ਆ ਜਾਂ ਵੱਧ ਕਰਨੀ ਆ ਉਹ ਆਪਾਂ ਆਪਣੇ ਹਿਸਾਬ ਨਾਲ ਕਿੱਦਾਂ ਵੀ ਕਰ ਸਕਦੀਆਂ ਕਿਸੇ ਨੇ ਵੱਡੀ ਰੱਖਣੀ ਆ ਜਾਂ ਕਿਸੇ ਨੇ ਜੇ ਬਹੁਤ ਛੋਟੀ ਰੱਖਣੀ ਹੋਵੇ ਉਹ ਆਪਾਂ ਆਪਣੀ ਹਿਸਾਬ ਨਾਲ ਰੱਖ ਸਕਦੇ ਆ ਜੀ ਪਰ ਮੈਂ ਇਹ ਡਿਜ਼ਾਈਨ ਦੇ ਹਿਸਾਬ ਨਾਲ ਵੀ ਬਣਾ ਲੈਂਦੀ ਆ ਥੋੜਾ ਜਿਹਾ ਇੱਕ ਅੱਧਾ ਕੁੰਡਾ ਉਧਰ ਆਧਰ ਹੋ ਜਾਂਦਾ ਹੈ ਪੰਡ ਜਾਂਦੇ ਦੇ ਹਿਸਾਬ ਨਾਲ ਰੱਖ ਲੈਣੇ ਆ ਜੀ ਇਹ ਹੁਣ ਮੈਂ ਤੁਹਾਨੂੰ ਸਾਰਾ ਦਿਖਾ ਰਹੀ ਆ ਤੇ ਸਾਰੇ ਕੁੰਡੇ ਬੰਦ ਕਰਕੇ ਧਾਗਾ ਆਪਾਂ ਨੇ ਸਿਰੇ ਪਰ ਲਿ ਜਾ ਕੇ ਛੱਡ ਦੇਣਾ ਹੈ ਤੇ ਪਿੱਛੋਂ ਆਪਾਂ ਨੇ ਗੁੰਡੇ ਸ਼ੁਰੂ ਕਰ ਦੇਣੇ ਆ ਇਹ ਪਿੱਛੇ ਦੇ ਗੁੰਡੇ ਚੱਕ ਕੇ ਬੁਣਨਾ ਸ਼ੁਰੂ ਕਰ ਦੇਣਾ ਇੱਕ ਗੁੰਡਾ ਹੋਰ ਰਹਿ ਗਿਆ ਇਹ ਵਾਲਾ ਇਹ ਲੋ ਜੀ ਇਹ ਆਪਾਂ ਨੇ ਬਾਈ ਦੇ ਬਾਈ ਗੁੰਡੇ ਬੰਦ ਕਰਦੇ ਜਿਨ੍ਹਾਂ ਤੋਂ ਆਪਾਂ ਨੇ ਡਿਜ਼ਾਈਨ ਬਣਾਇਆ ਸੀ ਇਹ ਬੰਦ ਕਰਕੇ ਆਪਾਂ ਹੁਣ ਬੈਕ ਸਾਈਡ ਤੋਂ ਕੁੰਡੇ ਚੱਕਾਂਗੇ ਇਹਨੂੰ ਤਾਗੇ ਨੂੰ ਮੈਂ ਇਦਾਂ ਹੀ ਛੱਡ ਦੇਣਾ ਹੁਣ ਮੈਂ ਤਾਗਾ ਨਾਲ ਹੋਰ ਜੋੜ ਕੇ ਇੱਥੋਂ ਕੁੰਡੇ ਚੱਕਣੇ ਆ ਜੀ ਆਪਾਂ ਨੇ ਇਹਦੀ ਸੇਧ ਤੋਂ ਇੱਥੋਂ ਤੇ ਇੱਥੋਂ ਜਿਵੇਂ ਕਿ ਆਪਾਂ ਨੇ ਬਾਰਡਰ ਬਣਾ ਲਿਆ ਐ ਇਹਦੇ ਵਿਚਾਲੇ ਵਿਚਾਲੇ ਆਪਾਂ ਨੇ ਇਹਦਾ ਹਿਸਾਬ ਕਿਤਾਬ ਰੱਖਣਾ ਹੈ ਤੇ ਇੱਥੇ ਤੋਂ ਲੈ ਕੇ ਇੱਥੇ ਤੱਕ ਇਥੋਂ ਸ਼ੁਰੂ ਕਰਕੇ ਆਪਾਂ ਨੇ ਇਥੋਂ ਸ਼ੁਰੂ ਕਰਕੇ ਜਿੱਦਾਂ ਕਿ ਕਹ ਲਵਾਂ ਵੀ ਇਧਰ ਤੱਕ ਉਰੇ ਤੱਕ ਕੁੰਡੇ ਚੱਕ ਲੈਣੇ ਆ ਆ ਮੈਂ ਤੁਹਾਨੂੰ ਦਿਖਾਉਣੀ ਆ ਬੈਕ ਸਾਈਡ ਤੋਂ ਕਿਦਾਂ ਆਪਾਂ ਨੇ ਕਰਨਾ ਹੈ ਡਿਜ਼ਾਈਨ ਦੇ ਹਿਸਾਬ ਨਾਲ ਦੇਖਣਾ ਆਪਾਂ ਨੇ ਜਿੱਥੋਂ ਨਾ ਆਪਾਂ ਨੇ ਡਿਜ਼ਾਈਨ ਹਾ ਉੱਪਰ ਕੁੰਡੇ ਸਿੱਧੇ ਪਾਉਣੇ ਸ਼ੁਰੂ ਕੀਤੇ ਹੋਏ ਆ ਉੱਥੇ ਤੋਂ ਹੀ ਆਪਾਂ ਨੇ ਕੁੰਡੇ ਸ਼ੁਰੂ ਕਰਨੇ ਆ ਚੱਕਣੇ ਜਿਵੇਂ ਕਿ ਮੈਂ ਇੰਨੀ ਕੁ ਜੇਬ ਬਣਾਉਣੀ ਚਾਹੁੰਨੀ ਆ ਬਸ ਇਸ ਦੇ ਹਿਸਾਬ ਨਾਲ ਆਪਾਂ ਇੱਥੋਂ ਕੁੰਡੇ ਚੱਕਾਂਗੇ ਜੀ ਅਗਲੀ ਸਾਈਡ ਵੀ ਨਾ ਦਿਖੇ ਆਪਾਂ ਨੂੰ ਕੁੰਡਾ ਚੱਕਿਆ ਹੋਇਆ ਆਪਾਂ ਨੇ ਪਿੱਛੇ ਤੋਂ ਹੀ ਕੁੰਡੇ ਚੱਕ ਕੇ ਨਾਲੋ ਜੀ ਇਹ ਆਪਣਾ ਇੱਕ ਗੁੰਡਾ ਹੋ ਗਿਆ ਆਪਾਂ ਮਾਰਦੀਏ ਇਹਨੂੰ ਗੱਠ ਇੱਥੇ ਇਹਨੂੰ ਗੱਠ ਲਗਾ ਕੇ ਫਿਰ ਆਪਾਂ ਹੋਰ ਗੁੰਡੇ ਚੱਕੂਗੇ ਅੱਗੇ ਇੱਕ ਮੇਰੀ ਭੈਣ ਨੇ ਡਿਮਾਂਡ ਕੀਤੀ ਸੀ ਵੀ ਸਾਨੂੰ ਡਿਜ਼ਾਈਨ ਬਣਾ ਕੇ ਦੱਸੋ ਦਿਖਾਓ ਮੈਂ ਪਹਿਲਾਂ ਡਿਜ਼ਾਈਨ ਕੋਟੀਆਂ ਦਿਖਾਈਆਂ ਸੀ ਇੱਕ ਵੀਡੀਓ ਚ ਉਹਨਾਂ ਨੇ ਉਹ ਕੋਟੀ ਦੀ ਡਿਜ਼ਾਈਨ ਦੀ ਮੰਗ ਕੀਤੀ ਆ ਪਰ ਆਪਾਂ ਹੁਣ ਉਹਨਾਂ ਨੂੰ ਇਸ ਤੋਂ ਅਗਲੀ ਵੀਡੀਓ ਸ਼ਾਇਦ ਉਸੇ ਡਿਜ਼ਾਈਨ ਦੀ ਬਣਾ ਕੇ ਪਾਈਏ ਇਹ ਆਪਾਂ ਨੇ ਬਾਈ ਕੁੰਡੇ ਚੱਕਣੇ ਆ ਜੀ ਇੱਥੋਂ ਲੈ ਕੇ ਇੱਥੇ ਤੱਕ ਚਾਹੇ ਤੁਸੀਂ ਚਾਹੋ ਸੂਈ ਸਲਾਈ ਦੀ ਸਹਾਤ ਨਾਲ ਚੱਕ ਸਕਦੇ ਆ ਜਾਂ ਫਿਰ ਆਪਾਂ ਕਰੋਸ਼ੀਏ ਨੂ ਵੀ ਯੂਜ਼ ਕਰ ਸਕਦੇ ਆ ਇੱਥੇ ਕਈ ਭੈਣਾਂ ਨੂੰ ਔਖਾ ਲੱਗਦਾ ਨਾ ਸਲਾਈ ਨਾਲ ਕੁੰਡੇ ਚੱਕਣੇ ਇੱਕ ਗੁੰਡਾ ਹੋ ਗਿਆ ਆਪਣਾ ਨੂੰ ਦੋ ਗੁੰਡੇ ਹੋ ਗਏ ਜੀ ਇਹ ਆਪਣੇ ਇਸੇ ਤਰ੍ਹਾਂ ਕਰ-ਕਰ ਕੇ ਆਪਾਂ ਨੇ ਬਾਈ ਗੁੰਡੇ ਕਰ ਲੈਣੇ ਆ ਨੂੰ ਤੋ ਤੇ ਇੱਕ ਤਿੰਨ ਹੋ ਗਏ ਆ ਜੀ 4 ਹੋ ਗਏ 5 ਹੋ ਗਏ ਜੀ ਮੈਂ ਤੁਹਾਨੂੰ ਇਦਾਂ ਸਾਰੇ ਕੁੰਡੇ ਚੱਕ ਕੇ ਤੁਸੀਂ ਸਮਝ ਹੀ ਗਏ ਹੋਵੋਗੇ ਇਸ ਤਰ੍ਹਾਂ ਕੁੰਡੇ ਚੱਕਣੇ ਮੈਂ ਤੁਹਾਨੂੰ ਸਾਰੇ ਕੁੰਡੇ ਚੱਕ ਕੇ ਦਿਖਾਉਣੀ ਆ ਜੇ ਆਪਾਂ ਇਦਾਂ ਹੀ ਸਾਰੇ ਦਿਖਾਉਂਦੇ ਰਹੇ ਫਿਰ ਵੀਡੀਓ ਬਹੁਤ ਲੰਬੀ ਹੋ ਜਾਣੀ ਹੈ ਬਹੁਤ ਹੀ ਲੰਬੀ ਵੀ ਵੀਡੀਓ ਨਹੀਂ ਬਣਾਉਣੀ ਆਪਾਂ ਤੁਹਾਡਾ ਬਹੁਤਾ ਟਾਈਮ ਵੀ ਲੈਣਾ ਨਹੀਂ ਚਾਹੁੰਦੇ ਇੱਕ ਦੋ ਕੁੰਡੇ ਚੱਕੇ ਤੇ ਤੁਸੀਂ ਸਮਝ ਗਏ ਹੋਵੋਗੇ ਨਾ ਵੀ ਇਦਾਂ ਚੱਕਣੇ ਆ ਤੇ ਮੈਂ ਤੁਹਾਨੂੰ ਸਾਰੇ ਕੁੰਡੇ ਚੱਕ ਕੇ ਬਾਕੀ ਵੀਡੀਓ ਮੈਂ ਤੁਹਾਨੂੰ ਅੱਗੇ ਦਿਖਾਉਣੀ ਆ ਜੀ ਇਹ ਲੋ ਜੀ ਆਪਾਂ ਨੇ ਕੁੰਡੇ ਚੱਕ ਲਏ ਚੱਕ ਕੇ ਆਪਾਂ ਨੇ ਇੱਕ ਸਲਾਈ ਇਹਦੀ ਬੁਣ ਲਈ ਆ ਤੇ ਮੈਂ ਤੁਹਾਨੂੰ ਹੋਰ ਦੱਸਦੀ ਆ ਅੱਗੇ ਇਸ ਸਲਾਈ ਦੀ ਸਹਤਾਂ ਨਾਲ ਹੀ ਆਪਾਂ ਨੇ ਇਹ sire ਤੇ sire ਤੱਕ ਬੁਣ ਲੈਣਾ ਏ ਇੱਕ ਸਲਾਈ ਦੋ ਸਲਾਈਆਂ ਆਪਣੀਆਂ ਇਹ ਨੇ ਇਹ ਦੋ ਸਲਾਈਆਂ ਨੇ ਜਿਨ੍ਹਾਂ ਦੇ ਵਿੱਚ ਆਪਣਾ ਡਿਜ਼ਾਈਨ ਚੱਲ ਰਿਹਾ ਹੈ ਬੁਣਤੀ ਚੱਲ ਰਹੀ ਹੈ ਇੱਕ ਸਲਾਈ ਐਸਟਰਾ ਲੈ ਕੇ ਆਪਾਂ ਨੇ ਇਹਦੇ ਵਿੱਚ ਕੁੰਡੇ ਚੱਕ ਲਏ ਆ ਕੁੰਡੇ ਚੱਕ ਕੇ ਹੁਣ ਆਪਾਂ ਐਸਟਰਾ ਸਲਾਈ ਹੋਰ ਹੈ ਤਾਂ ਲੈ ਸਕਦੇ ਆ ਨਹੀਂ ਆਪਾਂ ਇਸੇ ਸਲਾਈ ਦੀ ਮਦਦ ਦੇ ਨਾਲ ਜਿੱਦਾਂ ਕਿ ਆਪਾਂ ਬਾਰਡਰ ਕਰਦੇ ਹੁੰਨੇ ਆ ਇਹ ਵਾਲਾ ਬੁਣਿਆ ਹੋਇਆ ਪੁੱਠਾ ਸਿੱਧਾ ਉਦਾਂ ਹੀ ਬੁਣ-ਬੁਣ ਕੇ ਮੈਂ ਇਹ ਕੁੰਡੇ ਨਾਲ ਰਲਾ ਲੈਣੇ ਆ ਇਸੇ ਤਰ੍ਹਾਂ ਹੀ ਇਹਦੀਆਂ ਪੱਖਾਂ ਰਹਿਣਗੀਆਂ ਉਦਾਂ ਹੀ ਇਹੀ ਆਪਾਂ ਨੇ ਸਿੱਧਾ-ਸਿੱਧਾ ਬੁਣ ਕੇ ਲੈ ਕੇ ਆਉਣਾ ਹੈ ਇਹੀ ਸਿੱਧਾ-ਸਿੱਧਾ ਬੁਣ ਕੇ ਲਿਆ ਕੇ ਇਨੂੰ ਹੀ ਆਪਾਂ ਨੇ ਇਹਦੇ ਬਰਾਬਰ ਕਰ ਲੈਣਾ ਏ ਬੁਣ ਕੇ ਜਿੱਥੇ ਆਪਾਂ ਨੇ ਕੁੰਡੇ ਬੰਦ ਕੀਤੇ ਆ ਕੋਟੀ ਦੇ ਤੇ ਉੱਥੇ ਤੱਕ ਆਪਾਂ ਨੇ ਬੁਣ ਕੇ ਬਰਾਬਰ ਕਰਕੇ ਫਿਰ ਮੈਂ ਤੁਹਾਨੂੰ ਦਿਖਾਉਣੀ ਆ ਵੀ ਉਸ ਤੋਂ ਅੱਗੇ ਫਿਰ ਆਪਾਂ ਨੇ ਕਿਵੇਂ ਕੁੰਡੇ ਵਿੱਚ ਰਲਾਉਣੇ ਆ ਇਹਦੇ ਬਰਾਬਰ ਕਰ ਲੈਣਾ ਪਹਿਲਾਂ ਇਹਨੂੰ ਇਦਾਂ ਪੁੱਠਾ ਸਿੱਧਾ ਪੁੱਠਾ ਸਿੱਧਾ ਬੁਣ-ਬੁਣ ਕੇ ਜੇਬ ਕੱਢਣੀ ਕੋਈ ਬਹੁਤ ਹੀ ਔਖੀ ਗੱਲ ਤਾਂ ਨਹੀਂ ਵੈਸੇ ਜਿਨ੍ਹਾਂ ਨੂੰ ਨਹੀਂ ਆਉਂਦੀ ਉਹ ਇਸ ਵੀਡੀਓ ਨੂੰ ਦੇਖ ਕੇ ਆਪਣੀ ਕੋਟੀ ਦੀਆਂ ਜੇਬਾਂ ਆਰਾਮ ਨਾਲ ਬਣਾ ਸਕਦੇ ਆ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖਿਆ ਜਾਵੇ ਜੀ ਜਿੱਦਾਂ ਕਿ ਆਪਾਂ ਨੇ ਕੁੰਡੇ ਦੇਖਣਾ ਵੀ ਕਿੰਨੇ ਕੁੰਡੇ ਆਪਾਂ ਨੇ ਬੰਦ ਕੀਤੇ ਆ ਜਿੱਦਾਂ ਕਿ ਆਪਾਂ ਨੇ 22 ਕੁੰਡੇ ਬੰਦ ਕੀਤੇ ਸੀ ਤੇ 22 ਕੁੰਡੇ ਹੀ ਚੱਕ ਕੇ ਆਪਾਂ ਨੇ ਸਿੱਧੀ ਸਿੱਧੀ ਜੇਬ ਬੁਣਨੀ ਸ਼ੁਰੂ ਕਰਨੀ ਆ ਇਹ ਜਿਹੜਾ ਆਪਾਂ ਬੁਣ ਰਹੇ ਹਾਂ ਸਿੱਧਾ ਇਹ ਪਾਸਾ ਅੰਦਰ ਆ ਜਾਣਾ ਤੇ ਡਿਜ਼ਾਈਨ ਵਾਲਾ ਪਾਸਾ ਆਪਣਾ ਬਾਹਰ ਰਹਿਣਾ ਜੀ। ਕੁੰਡੇ ਉਨੇ ਹੀ ਰੱਖਣੇ ਆ ਕੁੰਡਾ ਘਟ ਵੱਧ ਨਾ ਹੋ ਜਵੇ ਜੇ ਕੁੰਡਾ ਕੋਈ ਆਪਾਂ ਨੇ ਘੱਟ ਕਰ ਲਿਆ ਜਾਂ ਵੱਧ ਕਰ ਲਿਆ ਉਹ ਅੱਗੇ ਆ ਕੇ ਫਿਰ ਆਪਣਾ ਜਿਹੜਾ ਡਿਜ਼ਾਈਨ ਬਣ ਰਿਹਾ ਇਹ ਬੁਣਤੀ ਦੇ ਵਿੱਚ ਨੁਕਸ਼ ਪਾਵੇਗਾ ਜੀ ਜੇਕਰ ਆਪਾਂ ਨਹੀਂ ਗੌਰ ਨਾਲ ਕਰਦੇ। ਕੁੰਡੇ ਇੱਕ ਬਰਾਬਰ ਰੱਖਣੇ ਸਹੀ ਨੇ। ਜੇ ਤੁਸੀਂ ਚਾਹੋ ਤਾਂ ਜਿੰਨੀਆਂ ਸਲਾਈਆਂ ਆਪਾਂ ਨੇ ਸਿੱਧੇ ਪਾਸੇ ਪਾਈਆਂ ਏ ਉਹਨੂੰ ਗਿਣ ਕੇ ਵੀ ਇਹ ਜੇਬ ਦੀ ਜਿਹੜੀ ਸਲਾਈ ਪਾ ਰਹੇ ਆਪਾਂ ਪਾ ਸਕਦੇ ਆ ਵੀ ਜਿੰਨੀਆਂ ਸਲਾਈਆਂ ਮੂਹਰੇ ਪਾਈਆਂ ਨੇ ਉਹਨੀਆਂ ਹੀ ਇਹ ਪਾ ਸਕਦੇ ਆ ਜੇ ਤੁਸੀਂ ਇਦਾਂ ਹੀ ਐਕਸਪਰਟ ਆ ਬੁਣਨੇ ਵਿੱਚ ਤਾਂ ਫਿਰ ਆਪਾਂ ਇਦਾਂ ਹੀ ਬੁਣ ਕੇ ਉਹਦੇ ਬਰਾਬਰ ਰੱਖ ਕੇ ਫਿਰ ਆਪਾਂ ਅੱਗੇ ਬੁਣਤੀ ਸ਼ੁਰੂ ਕਰ ਸਕਦੇ ਆ ਜੀ ਇੱਕ ਚੀਜ਼ ਦਾ ਧਿਆਨ ਹੋਰ ਜ਼ਰੂਰ ਰੱਖਿਓ ਕਿ ਜਿਹੜਾ ਆਪਾਂ ਨੇ ਇਹ ਬੁਣਿਆ ਏ ਇਹ ਬੁਣ ਕੇ ਇੱਕ ਬਰਾਬਰ ਇਸ ਹਿਸਾਬ ਚ ਕੀਤਾ ਜਾਵੇ ਨਾ ਜਿੱਦਾਂ ਮੈਂ ਤੁਹਾਨੂੰ ਦਿਖਾਉਣੀ ਆ ਵੀ ਇਹਨੂੰ ਇਦਾਂ ਖਿੱਚ ਕੇ ਰੱਖਣਾ ਹੈ ਆਪਾਂ ਨੇ ਜਿਹੜਾ ਕਿ ਅਗਲੀ ਸਾਈਡ ਤੋਂ ਪਤਾ ਨਾ ਲੱਗੇ ਕਿਤੇ ਵੀ ਆਪਣਾ ਇਹ ਚੀਜ਼ ਖਿੱਚ ਹੋ ਜਵੇ ਤੇ ਇੱਥੇ ਤੇ ਖਿੱਚ ਖਿੱਚ ਦਾ ਮਤਲਬ ਕਿ ਕੱਪੜਾ ਇਕੱਠਾ ਹੋਇਆ ਹੋਇਆ ਨਹੀਂ ਦਿਖਣਾ ਚਾਹੀਦਾ ਐਸੇ ਹਿਸਾਬ ਚ ਬੁਣ ਕੇ ਆਪਾਂ ਨੇ ਇੱਕ ਬਰਾਬਰ ਇੱਥੇ ਤੱਕ ਲੈ ਕੇ ਆਉਣਾ ਮੈਂ ਲਿਆ ਕੇ ਤੁਹਾਨੂੰ ਫੇਰ ਦਿਖਾਉਣੀ ਆ ਲਓ ਜੀ ਆਪਾਂ ਨੇ ਜੇਬ ਦੀ ਬੈਕ ਸਾਈਡ ਬੁਣ ਕੇ ਤਿਆਰ ਕਰ ਲਈ ਆ ਆ ਮੈਂ ਇਸੇ ਸਲਾਈ ਦੇ ਉੱਪਰ ਆ ਗਈ ਆ ਇਹ ਬੁਣਦੇ ਹੋਏ ਇਹ ਦੇਖੋ ਤੁਸੀਂ ਇਹ ਗੌਰ ਨਾਲ ਦੇਖ ਸਕਦੇ ਆ ਇਹ ਆਪਣਾ ਡਿਜ਼ਾਈਨ ਅੱਗੇ ਆ ਗਿਆ ਇਹ ਪਿਛਲੀ ਸਾਈਡ ਤੋਂ ਆਪਾਂ ਨੇ ਜਿਹੜੀ ਬੁਣੀ ਸੀ ਜੇਬ ਉਹ ਆਪਣੀ ਇਦਾਂ ਬਣ ਕੇ ਤਿਆਰ ਹੋ ਗਈ ਆ ਹੁਣ ਜਿਹੜੇ ਇਹ ਵਾਲੇ ਕੁੰਡੇ ਆ ਇਹ ਆਪਾਂ ਨੇ ਇਸੇ ਸਲਾਈ ਦੇ ਉੱਪਰ ਇਸ ਤਰ੍ਹਾਂ ਤਾਰਨੇ ਆ ਜਿੱਦਾਂ ਕਿ ਹੁਣ ਆਪਣਾ ਡਿਜ਼ਾਈਨ ਚੱਲ ਹੀ ਰਿਹਾ ਸੀ ਨਾ ਸਿੱਧੇ ਪਾਸੇ ਤੋਂ ਇਹ ਆਪਣਾ ਡਿਜ਼ਾਈਨ ਅੱਧ ਵਿਚਾਲੇ ਰੁਕਿਆ ਸੀ ਹੁਣ ਆਪਾਂ ਨੇ ਇਹ ਬੁਣਨਾ ਕਿਦਾਂ ਹੈ ਇਹਨੂੰ ਤਾਂਗੇ ਨੂੰ ਪਿਛਲੀ ਸਾਈਡ ਕਰਨਾ ਹੈ ਤਾਂਗੇ ਨੂੰ ਪਿਛਲੀ ਸਾਈਡ ਕਰਕੇ ਇਹ ਵਾਲੀ ਸਿਲਾਈ ਇਹ ਆਪਾਂ ਨੇ ਇਧਰਲੇ ਪਾਸੇ ਇਦਾਂ ਤਾਰ ਲੈਣਾ ਪਹਿਲਾਂ ਇਹ ਵਾਲਾ ਕੁੰਡਾ ਤਾਂਗਾ ਪਿੱਛੇ ਕਰਕੇ ਫਿਰ ਆਪਾਂ ਨੇ ਇਹ ਸਿੱਧੇ ਕੁੰਡੇ ਪਾਉਣੇ ਆ ਇਹ ਸਿੱਧੇ ਜਿੱਦਾਂ ਆਪਣਾ ਡਿਜ਼ਾਈਨ ਚੱਲ ਰਿਹਾ ਫਿਰ ਆਪਾਂ ਉਸ ਹਿਸਾਬ ਵਿੱਚ ਆਪਣਾ ਡਿਜ਼ਾਈਨ ਸ਼ੁਰੂ ਕਰ ਦੇਣਾ ਹੈ ਇਹ ਲੋ ਜੀ ਆਪਣਾ ਜਿੱਦਾਂ ਡਿਜ਼ਾਈਨ ਬਣਾਇਆ ਹੋਇਆ ਸੀਵੇਂ ਓਦਾਂ ਹੀ ਅੱਗੇ ਤੇ ਸ਼ੁਰੂ ਕਰਤਾ ਫਿਰ ਤੁਹਾਨੂੰ ਦਿਖਾਉਣੀ ਆ ਬੈਕ ਵਾਲੀ ਸਲਾਈ ਦੇ ਵਿੱਚ ਪੁੱਠੇ ਪਾਸੇ ਤੋਂ ਕਿੱਦਾਂ ਆਪਣੇ ਇਹ ਕੁੰਡੇ ਵਿੱਚੋਂ ਉਸੇ ਤਰ੍ਹਾਂ ਫਿਰ ਮਿਲ ਜਾਣੇ ਆ ਆਪਾਂ ਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਹੈਗੀ ਜੇਬ ਕੱਢਣ ਦੇ ਟਾਈਮ ਜੇਬ ਬੜੀ ਵਧੀਆ ਆਸਾਨੀ ਨਾਲ ਨਿਕਲ ਜਾਂਦੀ ਆ ਜੀ ਤੇ ਇੱਕ ਤਾਗਾ ਹੈ ਆਪਣਾ ਜਿਹੜਾ ਜੇਬ ਨੂੰ ਆਪਾਂ ਨੇ ਅੱਡ ਲਾਇਆ ਹੋਇਆ ਸੀ ਉਹ ਆਪਾਂ ਉੱਥੇ ਹੀ ਗੱਠ ਮਾਰ ਕੇ ਕੱਟ ਦਵਾਂਗੇ ਤੇ ਸਲਾਈ ਸਿੱਧੀ-ਸਿੱਧੀ ਹੁਣ ਜਿਹੜੀ ਆਪਾਂ ਨੇ ਸ਼ੁਰੂ ਕਰਨੀ ਆ ਇਹ ਉਦਾਂ ਹੀ ਸਿਰੇ ਲਾ ਦੇਣੀ ਹੈ ਮੈਂ ਤੁਹਾਨੂੰ ਦਿਖਾਉਣੀ ਆ ਇਹ ਵਾਲੀ ਸਲਾਈ ਆਪਾਂ ਨੇ ਇਸੇ ਤਰ੍ਹਾਂ ਸਿੱਧੀ-ਸਿੱਧੀ ਬੁਣ ਕੇ ਵਿੱਚ ਲੈ ਜਾਣੀ ਹੈ ਤੇ ਜਿਹੜੇ ਜੇਬ ਦੇ ਅੱਡ ਬੁਣੇ ਹੋਏ ਤੇ ਕੁੰਡੇ ਇਸੇ ਤਰ੍ਹਾਂ ਹੀ ਆਪਣੇ ਵਿੱਚ ਉਹ ਬੁਣੇ ਜਾਣੇ ਆ ਇਸ ਤਰ੍ਹਾਂ ਕਰਕੇ ਆਪਣੀ ਜੇਬ ਤਿਆਰ ਹੋ ਜਾਂਦੀ ਆ ਟਾਈਮ ਕੁਛ ਨਹੀਂ ਲੱਗਦਾ ਪਰ ਬਣੀ ਹੋਈ ਵਧੀਆ ਕੁਛ ਵੀ ਆਪਾਂ ਰਮਾਲ ਫੋਨ ਵਗੈਰਾ ਕੁਛ ਵੀ ਜੇਬ 'ਚ ਪਾ ਸਕਦੇ ਆ ਜੀ ਆ ਦੇਖੋ ਜੀ ਇੱਥੇ ਆ ਗਿਆ ਹੁਣ ਜੇਬ ਵਾਲਾ ਕੁੰਡਾ ਇਹ ਜੇਬ ਦਾ ਜਿਹੜਾ ਇਹ ਕੁੰਡਾ ਏ ਇਹਨੂੰ ਆਪਾਂ ਦੇ ਇੱਥੇ ਤੇ ਇਸੇ ਤਰ੍ਹਾਂ ਕੇ ਨਾਲ ਬੁਣਦੇ ਹੋਏ ਅੱਗੇ ਜਾਣਾ ਹੈ ਉਸ ਤੋਂ ਬਾਅਦ ਜਿਹੜਾ ਇਹ ਕੁੰਡਾ ਏ ਇੱਥੋਂ ਕੱਟ ਕੇ ਇਹ ਤਾਂਗੇ ਦੇ ਨਾਲ ਮੈਂ ਇਹਨੂੰ ਗੱਠ ਮਾਰ ਦੇਣੀ ਆ ਤੁਹਾਨੂੰ ਦਿਖਾਉਣੀ ਆ ਨਾ ਰੋਜੀ ਇੱਥੋਂ ਕੱਟ ਲਿਆ ਕੱਟ ਕੇ ਹੁਣ ਮੈਂ ਇਸੇ ਤਾਂਗੇ ਦੇ ਨਾਲ ਚੰਗੀ ਤਰ੍ਹਾਂ ਨਾਲ ਗੱਠ ਮਾਰ ਦੇਣੀ ਆ ਤਾਂ ਜੋ ਤਾਂਗਾ ਨਿਕਲੇ ਨਾ ਕੁੰਡੇ ਆਪਣੇ ਨਾਲ ਢੜਨਾ ਪੁੱਠੇ ਵਾਲੇ ਪਾਸੇ ਸਿੱਧੇ ਪਾਸੇ ਗੱਠ ਨਹੀਂ ਜਾਣੀ ਚਾਹੀਦੀ ਪੁੱਠੇ ਪਾਸੇ ਹੀ ਰਹੇ ਤਾਂ ਸਹੀ ਹੈ ਇਹ ਲੋ ਜੀ ਇਸੇ ਤਰ੍ਹਾਂ ਕਰਕੇ ਹੁਣ ਆਪਾਂ ਨੇ ਸਲਾਈ ਦੇ ਉੱਪਰ ਇਹ ਜੇਬ ਵਾਲੇ ਕੁੰਡੇ ਚੜਾ ਲਏ ਆ ਕੁੰਡੇ ਬਾਈ ਹੋਣੇ ਚਾਹੀਦੇ ਆ ਇਹ ਜ਼ਰੂਰੀ ਹੈ ਜਿੰਨੇ ਆਪਾਂ ਨੇ ਬੰਦ ਕੀਤੇ ਸੀ ਕੁੰਡੇ ਉੰਨੇ ਹੀ ਇਹ ਹੋਣੇ ਚਾਹੀਦੇ ਆ ਉੰਨੇ ਹੀ ਕੁੰਡੇ ਇਹ ਮੈਂ ਬਣਾਏ ਆ ਤੇ ਆਪਣੇ ਪੱਲੇ ਦੇ ਵਿੱਚ ਜੇਬ ਇਸੇ ਤਰ੍ਹਾਂ ਫਿਟ ਹੋ ਗਿਆ ਜਿਹੜੀਆਂ ਬੱਖਾਂ ਰਹਿ ਗਈਆਂ ਉਹ ਆਪਾਂ ਸੂਈ ਤਾਗੇ ਦੇ ਨਾਲ ਸਲਾਈ ਕਰੂਗੇ ਜਾਂ ਕਰੋਸ਼ੀ ਨਾਲ ਵੀ ਆਪਾਂ ਇਹਨਾਂ ਜੇ ਆਪਾਂ ਨੂੰ ਬੱਖਾਂ ਤੋਂ ਬੰਦ ਕਰ ਸਕਦੇ ਆ ਜੀ ਇਸੇ ਤਰ੍ਹਾਂ ਅਗੀ ਹੁਣ ਇੱਧਰ ਵਾਲੀ ਸਾਈਡ ਆ ਦੇਖੋ ਜਿਸ ਤਰ੍ਹਾਂ ਆਪਾਂ ਨੇ ਦੂਜੀ ਸਾਈਡ ਬੁਣੀ ਹੈ ਨਾ ਉਸੇ ਤਰ੍ਹਾਂ ਹੁਣ ਇਹ ਵਾਲੇ ਕੁੰਡੇ ਆ ਜਿਹੜੇ ਆਪਾਂ ਨੇ ਇਹ ਇਸ ਤਰ੍ਹਾਂ ਇਹਦੇ ਵਿੱਚ ਹੀ ਬੁਣਦੇ ਜਾਣਾ ਪੁੱਠਾ ਪੁੱਠਾ ਬੁਣ ਕੇ ਸਾਰਾ ਆਪਾਂ ਨੇ ਕਵਰ ਕਰ ਲਿਆ ਅਗਲੀ ਸਲਾਈ ਸਿੱਧੇ ਪਾਸੇ ਤੋਂ ਆ ਉਹ ਮੈਂ ਆਪਣਾ ਡਿਜ਼ਾਈਨ ਪਾਉਂਦੀ ਰਹੂੰਗੀ ਇਸ ਤਰ੍ਹਾਂ ਆਪਣੀ ਜੇਬ ਤਿਆਰ ਹੋ ਜਾਂਦੀ ਹੈ ਜੀ ਮੇਰੀ ਸਾਰੀ ਵੀਡੀਓ ਦੇਖਣ ਵਾਸਤੇ ਤੁਹਾਡਾ ਧੰਨਵਾਦ ਜੀ